नवदीप भाई तर आई। हां जी आ वेखो मैं इथे हां, इधर ही आ जाओ। इथे मैं मेरी गल सुनो। हां जी दसो। इधर वेखो। हां जी। मैं भी पैसे अपने हणा बैंक च हुण इन्ने हो गए ने। ठीक है। ते तू मैनू ये दस भी न्याणे दी फीस हुण किन्नी रहिंदी है? 5000 रुपया दिन उहनां दा। 5000 देना ना? हां जी। तेन ऐदा करांगा भी रुपया दवांगा 10000, अगले भी 2 महीने देना फीस तार ही दई। कोई गल नहीं, 2 महीने दी ना पिछली? हां जी दोवां दी पिछली। आ दोवां दी अगली तर जाएगी, चल टेंशन मुकेगी है ना। ਤੇ ਪਿੰਦਰ ਸਗੋਂ ਜਦੋਂ ਅਗਲੇ ਮਹੀਨੇ ਦੀ ਤਨਖਾਹ ਹੋਊਗੀ ਉਦੋਂ ਅਗਲੀ ਫੀਸ ਤਾਰ ਦਾਂਗੇ, ਉਹ ਪੈਸੇ ਕਿਹੇ ਹੋਰ ਕੰਮ ਲਾਉਣੇ ਆ। ਉਹ ਨਹੀਂ ਨਵਦੀਪ, ਹੋਰ ਕਿਹੜੇ ਕੰਮ ਲਾਉਣੇ ਨੀ, ਮੈਂ ਪਤਾ ਕਹਿੰਦਾ ਵਾਂ ਐਵੇਂ ਵਾਧੂ ਖਰਚਾ ਨਾ ਕਰੀਏ, ਜਿੰਨੇ ਵੀ ਹੋ ਸਕਦਾ ਨਾ ਆਪਾਂ ਪੈਸੇ ਬਚਾਈਏ ਤੇ ਸਭ ਤੋਂ ਪਹਿਲੇ ਨੰਬਰ ਤੇ ਨਾ ਆਪਣੀ ਪਿਆਰੀ ਛਡਾਵਾਂਗੇ। ਨਹੀਂ ਪਿੰਦਰ ਉਹ ਤੇ ਪਹਿਲੇ ਨੰਬਰ ਤੇ ਛਡਾਉਣੀ ਹੈ ਤੇ ਮੈਂ ਵੀ ਇਹੋ ਕਹਿੰਦੀ ਹਾਂ ਵੀ ਉਹ ਪੈਸੇ ਆਪਾਂ ਸਗੋਂ ਜਮ੍ਹਾਂ ਕਰਾ ਦਿੰਦੇ ਤੇ ਅਗਲੇ ਮਹੀਨੇ ਦੀ ਫੀਸ ਅਗਲੇ ਮਹੀਨੇ ਤਾਰ ਦਿੰਦੇ। ਉਹ ਨਹੀਂ, ਮੈਂ ਨਾ ਨਿਆਣਿਆਂ ਦੀ ਜਿਹੜੀ ਫੀਸ ਹੈ ਨਾ ਉਹ ਕਿਸੇ ਗੱਲੋਂ ਰੁਕੀ ਹੈ ਨਾ। ਚਲੋ ਵੇਖ ਲਓ ਫਿਰ ਜਿੱਦਾਂ ਤੁਸੀਂ ਆਉਂਦੇ ਹੋ। ਫਿਰ ਨਿਆਣੇ ਨੂੰ ਜੇ ਸਕੂਲੇ ਹਨਾ ਟੀਚਰ ਰੱਖਣ ਵੀ ਫੀਸ ਲੈ ਕੇ ਉਹ ਤੇ ਫਿਰ ਨਿਆਣਾ ਹਨਾ ਬੇਇੱਜ਼ਤੀ ਜੀ ਮਹਿਸੂਸ ਕਰਦਾ ਵਾ। ਚਲੋ ਕੋਈ ਨਹੀਂ, ਫਿਰ ਮੈਂ ਨਾ ਜਾ ਕੇ ਕਿਸੇ ਦਿਨ ਤੇ ਜਮ੍ਹਾਂ ਕਰਵਾਵਾਂਗੀ। ਹਾਂ ਤੂੰ ਕਰਾਵੀਂ ਤੇ ਹੋਰ ਮੈਨੂੰ ਦੱਸ ਦੇ ਕੋਈ ਕੰਮ। ਹੋਰ ਕੋਈ ਕੰਮ ਨਹੀਂ ਹੈ। ਸੱਦਾ ਸੁਦਾ? ਸੱਦਾ ਹੈਗਾ ਵਾ ਸਾਰਾ। ਠੀਕ ਆ, ਤੇ ਜੇ ਕੋਈ ਚੀਜ਼ ਲਿਆਉਣੀ ਹੋਏਗੀ ਨਾ ਤੇ ਲੈ ਵੀ ਮੈਨੂੰ ਦੱਸ ਦੀ, ਮੈਂ ਤੈਨੂੰ ਪੈਸੇ ਵੱਧ ਦੇ ਦਾਂਗਾ ਥੋੜੇ ਜੇ। ਕੋਈ ਗੱਲ ਨਹੀਂ, ਮੈਂ ਤੈਨੂੰ ਦੱਸ ਦਾਂਗੀ। ਆਹੋ ਚੱਲ ਹੁਣ ਜੇ ਮੈਂ ਆਉਂਦੇ ਆ ਆਪਣਾ ਉਹ ਜਿਹੜਾ ਜ਼ਰੂਰੀ ਕੰਮ ਆ ਉਹ ਕਰੀਏ ਸਭ ਤੋਂ ਪਹਿਲੇ ਨੰਬਰ ਤੇ। ਇਹ ਥੋੜੀ ਹੈ ਕਿ ਹੁਣ ਮਹਾਰਾਜ ਨੇ ਪੈਸੇ ਦਿੱਤੇ ਨੇ ਤੇ ਚਲੋ ਕੰਮ ਵਧੀਆ ਚੱਲਣ ਦਿਆ ਵਾ ਤੇ ਉਹਨਾਂ ਨਾਲ ਪਖਾਈ ਡਾਈ ਜਾਈਏ। ਨਹੀਂ 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 ਨਹੀਂ, ਆਪਾਂ ਨਾ ਆਪਣੇ ਕੰਮ ਵੱਲ ਧਿਆਨ ਦਈਏ ਹਨਾ, ਤੁਹਾਨੂੰ ਕਿਹੜਾ ਕੰਮ ਜ਼ਰੂਰੀ ਹੈ ਪਹਿਲਾਂ? ਪਿੰਦਰ ਮੈਨੂੰ ਨਾ ਕਵਲ ਦੀ ਬੜੀ ਯਾਦ ਆਉਂਦੀ ਹੈ। ਕਵਲ ਦੀ? ਕਵਲ ਦੀ ਆਉਂਦੀ ਹੈ ਸਹੀ, ਮੈਨੂੰ ਵੀ ਹੁਣ ਕਰੀਏ ਕੀ ਵੇਖ। ਜਦੋਂ ਸਾਡੇ ਤੇ ਮੈਂ ਦਿਨ ਮਾੜੇ ਸੀ ਉਦੋਂ ਵੇਖ ਲੈ ਮਾੜਾ ਮੋਟਾ ਕੂ ਬੋਲ ਲੈਂਦੇ ਸੀ ਤੇ ਹੁਣ ਬਿਲਕੁਲ ਹੀ ਨਹੀਂ। ਤੇ ਹੋਰ ਜਦੋਂ ਦੇ ਚੰਗੇ ਦਿਨ ਆਏ ਆ ਨਾ ਤੇ ਉਦੋਂ ਦੇ ਨਾ ਕਦੇ ਉਹ ਆਏ ਤੇ ਨਾ ਹੀ ਕਦੇ ਆਪਾਂ ਉਹਨਾਂ ਕੋਲ ਗਏ ਆ, ਪਤਾ ਨਹੀਂ ਭਾਜੀ ਨੂੰ ਹੋਈ ਕੀ ਗਿਆ ਵਾ। ਨਵਦੀਪ ਪਹਿਲਾਂ ਕਰਦੇ ਹੁੰਦੇ ਸੀ ਗੱਲਾਂ ਵੀ ਤੁਹਾਡੇ ਕੋਲ ਕੀ ਹੈ ਤੁਸੀਂ ਐਂ ਆ ਜਿਉਂ ਆ, ਤੇ ਹੁਣ ਕੋਈ ਭੱਜ ਨਹੀਂ ਲੱਭਦਾ ਗੱਲ ਕਰਨ ਨੂੰ। ਇੱਕ ਹੋਰ ਗੱਲ ਵੀ ਹੈਗੀ ਹੈ ਹੁਣ ਉਹਨੂੰ ਇਹ ਵੀ ਹੈ ਵੀ ਹਾਏ ਇਹ ਵੀ ਮੇਰੀ ਬਰਾਬਰ ਹੋ ਚੱਲੇ ਨੇ, ਇਹ ਵੀ ਬੜਾ ਵੱਡਾ ਸਾੜਾ ਹੁੰਦਾ ਲੋਕਾਂ ਨੂੰ। ਪਿੰਦਰ ਵਿੱਚ ਸੜਨ ਵਾਲੀ ਕਿਹੜੀ ਗੱਲ ਆ, ਜਿਹੜੀ ਜਗ੍ਹਾ ਉਹਦੀ ਆ ਉਹ ਉਹਦੇ ਕੋਲ ਹੀ ਰਹਿਣੀ ਆ, ਅਸੀਂ ਉਹਦੇ ਕੋਲੋਂ ਖੋਤ ਨਹੀਂ ਲੈਣੀ, ਇੱਜ਼ਤ ਮਾਨ ਤੇ ਉਹਨਾਂ ਹੀ ਕਰਦੇ ਆ ਨਾ ਅਸੀਂ। ਸਗੋਂ ਨਾ ਖੁਸ਼ ਹੋਣਾ ਚਾਹੀਦਾ ਬੰਦਿਆਂ ਨੂੰ। ਪਰ ਖੁਸ਼ ਕੌਣ ਹੁੰਦਾ ਵਾ, ਕੋਈ ਕੋਈ ਖੁਸ਼ ਹੁੰਦੇ ਨੇ, ਸਾਰਿਆਂ ਨੂੰ ਸਾੜਾ ਹੀ ਹੁੰਦਾ ਵਾ। ਬੜੇ ਤੰਗੀ ਦੇ ਦਿਨ ਵੇਖੇ ਨੇ ਪਰ ਕਿਸੇ ਦੀ ਤਰੱਕੀ ਵੇਖ ਕੇ ਅੱਜ ਤੱਕ ਅਸੀਂ ਸੜੇ ਨਹੀਂ, ਸਗੋਂ ਖੁਸ਼ ਹੀ ਹੋਏ ਆ ਵੀ ਹਾਂ ਵੀ ਸਗੋਂ ਬੜਾ ਵਧੀਆ ਹੋਇਆ ਵਾ। ਪਿੰਦਰ ਮੈਨੂੰ ਤੇ ਇਹ ਹੁੰਦਿਆ ਵਾ ਕਿ ਉਹ ਸਾਡੇ ਨਾਲ ਬੋਲਦੇ ਨਹੀਂ ਆ ਤੇ ਜਿਹੜੇ ਸਗੋਂ ਸਾਡੇ ਨਾਲ ਬੋਲਦੇ ਨਹੀਂ ਨਾ ਹੁੰਦੇ ਤੇ ਹੁਣ ਉਹ ਬੋਲਣ ਲੱਗ ਪਏ ਨੇ। ਤੇ ਹੋਰ ਵਾਕਈ ਵੀ ਗੱਲ ਤੇਰੀ ਸਹੀ ਆ। ਇੱਕ ਦਿਨ ਮੈਨੂੰ ਚਾਚੇ ਦੇ ਮੁੰਡੇ ਦਾ ਫੋਨ ਆਉਂਦਿਆ ਬਾਹਰੋਂ, ਪਤਾ ਕੀ ਹੁੰਦਾ? ਮੈਂ ਤੇਰੇ ਨਾਲ ਗੱਲ ਹੀ ਨਾ ਕੀਤੀ, ਇਹ ਪਿੰਦਰ ਜੇ ਪੈਲੀ ਵਾਹੁਣੀ ਆ ਨਾ ਤੇ ਵਾਹ ਲਓ ਤੁਸੀਂ, ਇਹ ਪੈਸੇ ਕੋਈ ਗੱਲ ਨੀ ਤੁਹਾਡੇ ਬਾਅਦ ਚ ਆ ਜਾਣਗੇ। ਹੁਣ ਪਤਾ ਹੈ ਵੀ ਇਹਨਾਂ ਦੇ ਦੇਣੇ ਆ, ਜਦੋਂ ਪਤਾ ਹੈ ਵੀ ਇਹਨਾਂ ਕੋਲ ਦਿੱਤੇ ਨੀ ਜਾਣੇ ਉਦੋਂ ਵੇਖ ਲਾ ਕੇ ਪੈਰ ਨਹੀਂ ਰੱਖਣ ਦਿੰਦੇ ਹੁੰਦੇ। ਜਦੋਂ ਅਸੀਂ ਤਰਲੇ ਮਾਰਦੇ ਹੁੰਦੇ ਹਾਂ ਕਿ ਕੋਈ ਨੀ ਸਾਨੂੰ ਪੈਲੀ ਦੇ ਦਿਓ, ਪੈਸੇ ਅਸੀਂ ਤੁਹਾਡੇ ਵਾਪਸ ਦੇ ਹੀ ਦੇਣੇ ਆ, ਚਲ ਸਾਡਾ ਵੀ ਗੁਜ਼ਾਰਾ ਵਧੀਆ ਹੁੰਦਾ ਜਾਊਗਾ। ਪੈਲੀ ਦੇ ਦੀਏ, ਮੁੜ ਕੇ ਇਹਨੂੰ ਗੱਲਾਂ ਕਰਾਂਗੇ ਵੀ ਤੇਰੇ ਪੈਸੇ ਦੇਣ ਤੋਂ ਹੀ ਤੈਨੂੰ ਪਹਿਲਾਂ ਪੈਲੀ ਦੇ ਦਿੱਤੀ ਸੀ। ਪਿੰਦਰ ਲੋਕੀ ਬੜੇ ਚਲਾਕ ਨੇ, ਇਹਨਾਂ ਨਾਲ ਨੀ ਕੋਈ ਵਾਰਾ ਸਾਰਾ ਲੈ ਸਕਦਾ। ਨਾ ਨਾ, ਤੇ ਚੱਲ ਕੋਈ ਗੱਲ ਨੀ, ਫਿਰ ਮੈਨੂੰ ਤੂੰ ਦੱਸ ਦੇ ਜਿੱਦਾਂ ਵੀ ਕਰਨਾ ਹੋਏਗਾ, ਠੀਕ ਹੈ ਨਾ? ਕੋਈ ਨੀ, ਜਿੱਦਾਂ ਜਾਣਾ ਹੋਊਗਾ ਤਾਂ ਮੈਂ ਦੱਸ ਦਾਂਗੀ ਨਾ। ਹਾਂ ਹਾਂ, ਮੈਂ ਚੱਲ ਮੈਂ ਪਹਿਲਾਂ ਪੈਸੇ ਕਢਾ ਲੈਵਾਂਗਾ। ਕੋਈ ਨੀ, ਤੁਸੀਂ ਕਢਵਾ ਲਿਆ ਤੇ ਅੱਜ ਤੁਸੀਂ ਜਾਣਾ ਨਹੀਂ ਡਿਊਟੀ ਤੇ? ਬਸ ਮੈਂ ਚੱਲਿਆ ਵਾਂ। ਠੀਕ ਹੈ ਠੀਕ ਹੈ। ਹਾਂ ਆਪ ਤਾਂ ਕੰਬਲ ਕਰਾਂ ਕਰੇ ਨਾ, ਹੁਣ ਸੌ ਗਿਆ ਵੈ ਤੇ ਇਹਨੂੰ ਨਾਲ ਪਾ ਲੈ। ਉੱਤੋਂ ਢੱਕ ਕੇ ਰੱਖ ਮੇਰਾ ਪੁੱਤ। ਦਲੀਰ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਪੁੱਤ ਵੀ ਸਿਰ ਨੰਗਾ ਨਾ ਰੱਖਿਆ ਗਾ, ਤੈਨੂੰ ਮੈਂ ਰੁਮਾਲ ਦਿੱਤਾ ਸੀ ਕਾਹਦੇ ਵਾਸਤੇ ਆ, ਤੂੰ ਬੰਨਿਆ ਹੀ ਨਹੀਂ ਗਾ। ਮੰਮੀ ਜੀ ਮੈਂ ਬੰਨਿਆ, ਮੈਨੂੰ ਨਾ ਗਰਮੀ ਜੀ ਲੱਗਣ ਦੀ ਤੇ ਮੈਂ ਹੁਣੇ ਜੀ ਖੋਲਿਆ ਜੀ। ਪੁੱਤ ਇੱਦਾਂ ਨਹੀਂ ਕਰੀਦਾ, ਸਵਾ ਮਹੀਨੇ ਦੇ ਵਿੱਚ ਨਾ ਆਪਣਾ ਸਰੀਰ ਸੰਭਾਲ ਕੇ ਰੱਖੀਦਾ ਵਾ, ਇਹ ਜਿਹੜੀ ਗਰਮੀ ਗੁਰਮੀ ਲੱਗਦੀ ਹੈ ਨਾ
ਕਿਤੇ ਗਰਮੀ ਨਹੀਂ ਇਹ ਸਰੀਰ ਅੱਜ ਵੀ ਕਰਦਾ ਵਾ ਬਾਹਰ ਚ ਪਤਾ ਲੱਗਦਾ ਹੁੰਦਾ ਜਦੋਂ ਸ਼ਿਲਾ ਹੋ ਜਾਂਦਾ ਵਾ ਤੇ ਤੂੰ ਮੇਰਾ ਪੁੱਤ ਸਿਰ ਤੇ ਰੁਮਾਲ ਬੰਨ ਤੇ ਆਪਣਾ ਲੀੜਾ ਵੀ ਸਾਰਾ ਸਵਾਰਾ ਕਰਕੇ ਤੇ ਰੱਖਿਆ ਕਰ ਉੱਤੇ ਕੋਈ ਗੱਲ ਨੀ ਮੰਮੀ ਮੈਂ ਬੰਨ ਹੀ ਨਹੀਂ ਜੀ ਆਹੋ ਬਿਲਕੁਲ ਨਹੀਂ ਸਰੀਰ ਨੰਗਾ ਛੱਡਣਾ दूजे कमरे सौंजिया करे इथे मैं ना तुहाडे लागे सौंजिया करांगी ਨਾਲੇ ਕੁਝ ਖਾਣ ਨੂੰ ਦਿਲ ਕਰਦਾ ਮੈਨੂੰ ਦੱਸ ਮੈਂ ਉਹੀ ਚੀਜ਼ ਬਣਾ ਦਿੰਦੀ ਹਾਂ ਨਹੀਂ ਮੰਮੀ ਹਜੇ ਤੇ ਭੁੱਖ ਹੈ ਨਹੀਂ ਆ ਜਦੋਂ ਦਿਲ ਕਰੇਗਾ ਫਿਰ ਮੈਂ ਤੁਹਾਨੂੰ ਦੱਸ ਦਾਂਗੀ छुट्टी नी मिलदी ना अगले साल आवांगे ते फिर एदा तमान करियो नहीं गरलीन जदो आउणगे उदो पुत करांगे ਇਹ ਆ ਵੀ ਉਹਨਾਂ ਤੋਂ ਬਗੈਰ ਥੋੜਾ ਹੀ ਕਰ ਸਕਨੇ ਜਦੋਂ ਸਾਰਾ ਪਰਿਵਾਰ ਇਕੱਠਾ ਹੋਏਗਾ ਘਰ ਦਾ ਫੇਰ ਹੀ ਇਹ ਖੁਸ਼ੀਆਂ ਕਰੀਦੀਆਂ ਨੇ ਮੰਮੀ ਕੀ ਸਲਾਹਾਂ ਹੁੰਦੀਆਂ ਨੂੰ ਸੱਸ ਦੀਆਂ ਸਲਾਹਾਂ ਕੀ ਹੋਣੀਆਂ ਨੇ ਵੀ ਆ ਸ਼ੇਰ ਹਾਂ ਸੌਂ ਗਿਆ ਵੈ ਸ਼ੇਰ ਵੀ ਉਹਨਾਂ ਚਿਰ ਹੀ ਸੌਂਦਾ ਜਿੰਨਾ ਚਿਰ ਗੋਦੀ 'ਚ ਹੋਵੇ ਇਹ ਵੀ ਮੰਮੀ ਵਾਕਿਆ ਰਾਤ ਹੁੰਦਾ ਮੈਨਾਂ ਪਹਿਰਾ ਦਿੰਦੇ ਰਹੋ ਤੇ ਦਿਨੇ ਇਹ ਆ ਵੀ ਘੋੜੇ ਵਿੱਚ ਕਿਹੜਾ ਸੁੱਤੇ ਰਹੀਏ ਸੁੱਤੇ ਰਹੀ ਆਹਦੇ ਬੱਚੇ ਦਾ ਅੱਗੇ ਹੀ ਇਹੋ ਕੰਮ ਹੈ ਜਿੰਨਾ ਚਿਰ ਗੋਦੀ 'ਚ ਰਹੇ ਉਹਨਾਂ ਚਿਰ ਸੁੱਤਾ ਤਾਂ ਹੁਣ ਮੈਂ ਸੁੱਤਾ ਹੀ ਹੁਣ ਮੈਂ ਇਹਦੀ ਮਾਂ ਨਾਲ ਪਾਇਆ ਸੀ ਤੇ ਤੂੰ ਕਿੱਧਰੋਂ ਆਇਆ ਵਾ ਮੈਂ ਵੀ ਮੰਮੀ ਉੱਥੇ ਨਾ ਰਾਜੂ ਆ ਕੇ ਇੱਕ ਡੱਬੇ ਰਹਿ ਗਏ ਦੇਣ ਵਾਲੇ ਪਰਿਵਾਰ ਨੂੰ ਤੇ ਉੱਧਰ ਗਿਆ ਦੇਣ ਮੈਂ ਦੇ ਆਈਏ ਫਿਰ ਨਾਲੇ ਵਿਚਾਰੇ ਬੜੇ ਖੁਸ਼ੀ ਬੜੀਆਂ ਵਧਾਈਆਂ ਨਾ ਦਿੱਤੀਆਂ ਚੱਲ ਪੁੱਤ ਚੱਲ ਮੈਂ ਬਸ ਤੁਹਾਡੇ ਅੱਗੇ ਭੈਣ ਭਰਾ ਦੀਆਂ ਦੁਆਵਾਂ ਨਾਲ ਤੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਹੀਆਂ ਸਭ ਬਿਲਕੁਲ ਬਿਲਕੁਲ ਉਸੇ ਮਾਲਕ ਨੇ ਤਾਂ ਹੀ ਸੁਣੀ ਹੈ ਹਾਂਜੀ ਤੇ ਹੋਰ ਸਾਰਿਆਂ ਦੇ ਡੱਬੇ ਦਿੱਤੇ ਗਏ ਨਾ ਹਾਂ ਮੰਮੀ ਤਕਰੀਬਨ ਦਿੱਤੇ ਗਏ ਆ ਕੋਈ ਆ ਜੇ ਕੋਈ ਰਹਿ ਗਿਆ ਹੋਵੇ ਤੇ ਬਾਕੀ ਤੁਸੀਂ ਦੱਸ ਦਿਓ ਜੇ ਕੋਈ ਧਿਆਨ 'ਚ ਨਾ ਹੋਵੇ ਤੇ ਲਾਵ ਸੱਚ ਮੈਨੂੰ ਚੇਤਾ ਆ ਗਿਆ ਵੀ ਪਿੰਦਰ ਹੋਰ ਡੱਬਾ ਨਹੀਂ ਦਿੱਤਾ ਮੰਮੀ ਦੇ ਕੇ ਆ ਦੇਣਾ ਕਿਉਂ ਨਹੀਂ ਤੇਰਾ ਲਾਣ ਕੇ ਹੋ ਕੇ ਜਾਣਾ ਤੇ ਮੈਂ ਉਹਨੂੰ ਕਹਿਣਾ ਕੋਈ ਗੱਲ ਨੀ ਤੂੰ ਆਪਣਾ ਭੁਗਤਾਇਆ ਆਰਾਮ ਨਾਲ ਫਿਰ ਆਣ ਕੇ ਤੇ ਕੋਈ ਗੱਲ ਨੀ ਆ ਜੀ ਤੇ ਉਹ ਤਾਂ ਕਹਿਣਾ ਸੋ ਧਰਨਾ ਮੇਰੀ ਗੱਲ ਕਰਾਇਓ ਫਿਰ ਵਿਆਹ ਗਏ ਨੇ ਤਾਂ ਹੀ ਨਹੀਂ ਆਏ ਹਾਂ ਮੰਮੀ ਉਹਦੇ ਨਾਲ ਬੜੇ ਹੀ ਖੁਸ਼ੀ ਦੋਵੇਂ ਜੀ ਤੇ ਕਹਿਣ ਦੇ ਸ਼ੁਕਰ ਆ ਗੁਰੂ ਰਾਮਦਾਸ ਨੇ ਸਾਡੇ ਭਰਾ ਦੀ ਵੀ ਸੁਣੀ ਸਾਡੇ ਭਰਾ ਦੇ ਵੀ ਘਰ ਕਦੇ ਚੰਨ ਹੋਇਆ ਮਾਲਕ ਨੇ ਕਿਰਪਾ ਕੀਤੀ ਆ ਚੱਲੀਏ ਫਿਰ ਨੂੰ ਦੀਪਾ ਹਾਂਜੀ ਚਲੋ ਕੱਪੜੇ ਕੁੱਪੜੇ ਪਾ ਲਏ ਨੇ ਨਾ ਹਾਂਜੀ ਬਸ ਸਾਰੇ ਇੱਕੋ ਪਾ ਲਏ ਨੇ ਠੀਕ ਆ ਮੈਂ ਵੇਖਣੀ ਹੈ ਕਿ ਮਾਹ ਕੋਈ ਚੀਜ਼ ਰਹਿ ਨਾ ਜਾਏ ਸੂਟ ਆ ਵਾਲਾ ਮੈਨੂੰ ਬੜਾ ਸੋਹਣਾ ਲੱਗਾ ਮੈਂ ਚੱਲ ਇਹੋ ਹੀ ਲੈਣਾ ਵਧੀਆ ਹਨਾ ਹਾਂਜੀ ਚੱਲ ਦੋ ਤਿੰਨ ਸੂਟ ਹੋ ਗਏ ਨੇ ਤੇ ਪੰਜ ਕੱਪੜੇ ਤੇ ਚਾਹੀਦੇ ਹੀ ਆ ਨਾ ਪੂਰੇ ਨਹੀਂ ਨਹੀਂ ਹਾਂਜੀ ਚੱਲ ਹੈ ਵੀ ਹੁਣ ਸੁਬਹ ਸਿਆਲ ਆ ਸਿਆਲ ਵਾਲੇ ਮਿਲ ਵੀ ਗਏ ਨੇ ਹਾਂਜੀ ਚੱਲੀਏ ਫਿਰ ਹੁਣ ਹਾਂ ਚਲੋ ਤੇ ਉੱਥੇ ਦਵਾਂ ਲਵਾਂਗੇ ਕੀ ਮੁੰਡੇ ਨੂੰ ਮੁੰਡੇ ਨੂੰ 2000 ਰੁਪਏ ਦੇ ਛੜਾਂਗੇ ਆਹ ਠੀਕ ਆ ਨਾ ਨਾਲਾ ਕੱਪੜੇ ਹੋ ਗਏ ਨੇ ਆਹ ਮੈਂ ਵੀ ਉਹੋ ਕਹਿਣਾ ਸੀ ਤੇ ਰੁਪਿਆ 1000 ਦੇ ਦਾਂਗੇ ਹਾਂਜੀ ਕੋਈ ਗੱਲ ਨਹੀਂ ਉਹਨਾਂ ਨੇ ਸਾਡਾ ਇੰਨਾ ਕੀਤਾ ਵਾ ਤੇ ਹੋਰ ਤੇ ਮਹਾ ਮਹਾ ਵਾਹਿਗੁਰੂ ਨੇ ਉਹਨਾਂ ਦੀ ਸੁਣੀ ਆ ਉਹ ਸਹੀ ਗੱਲ ਆ ਮੈਨੂੰ ਤੇ ਨਾ ਬੜਾ ਹੀ ਚਾਅ ਚੜਿਆ ਪਿੰਦਰ ਮੇਰਾ ਤੇ ਵਿਆਹ 'ਚ ਜੀ ਕਰਦਾ ਸੀ ਨਾ ਵੀ ਛੱਡ ਕੇ ਤੇ ਪਹਿਲਾਂ ਉਹਨਾਂ ਦੇ ਘਰ ਚੱਲ ਜਾ ਪਰ ਉਹ ਵੀ ਜ਼ਰੂਰੀ ਹੀ ਵੇਖਣਾ ਆਹੋ ਵੀ ਗੱਲ ਤੇਰੀ ਸਹੀ ਏ ਮੈਂ ਤਾਂ ਰੋਜ਼ ਹੀ ਫੋਨ ਕਰ ਲੈਣਾ ਉਹਨਾਂ ਨੂੰ ਚਲ ਵਧੀਆ ਕੀਤਾ ਤੁਸੀਂ ਰੋਜ਼ ਫੋਨ ਕਰ ਲੈਂਦੇ ਹੋ ਤੇ ਹੋਰ ਮੈਂ ਅਗਲਾ ਇਹ ਨਾ ਆਖੇ ਕਿ ਅਗਲੇ ਦਿਨ ਘਰੇ ਚਾਹ ਹੀ ਨਹੀਂ ਆ ਤੇ ਹੋਰ ਚੰਗਾ ਕੀਤਾ ਸਗੋਂ ਪਰ ਨਾ ਮੇਰੀ ਆਂਟੀ ਨਾਲ ਗੱਲ ਨਹੀਂ ਹੋਈ ਕਿਉਂ ਉਹਨਾਂ ਨਾਲ ਕਿਉਂ ਨਹੀਂ ਤੁਹਾਡੀ ਗੱਲ ਹੋਈ ਜਦੋਂ ਫੋਨ ਕਰਨਾ ਲਵ ਨੂੰ ਕਦੀ ਮੈਂ ਬਾਹਰ ਆ ਤੇ ਕਦੀ ਮੈਂ ਆਪਣਾ ਆਇਆ ਵਾਂ ਇੱਥੇ ਦਫ਼ਤਰੇ ਆਇਆ ਵਾਂ ਅੱਛਾ ਅੱਛਾ ਬਸ ਇਦਾਂ ਹੀ ਸਗੋਂ ਮੈਨੂੰ ਕਹਿਣਾ ਵੀ ਜਦੋਂ ਘਰ ਜਾਏਗਾ ਮੇਰੀ ਗੱਲ ਕਰਵਾਈ ਪਰ ਉਹ ਵੀ ਤੈਨੂੰ ਪਤਾ ਕੰਮਾਂ ਗਾਣਾ ਵਾਲਾ ਬੰਦਾ ਵਾ ਕੱਲਾ ਜਾਣਾ ਮੈਂ ਤੇ ਦੂਜੇ ਵੀ ਬਾਹਰ ਸਾਰੇ ਚੱਲ ਗਏ ਨੇ ਫਿਰ ਸਾਰੇ ਕੰਮ ਇਹਨੇ ਕਰਨੇ ਨੇ ਤੇ ਹੋਰ 100 ਜਗ੍ਹਾ ਤੇ ਡੱਬੇ ਦੇਣੇ ਹੋਰ ਕਿੰਨੇ ਕੰਮ ਹੁੰਦੇ ਨੇ ਕਰਨ ਵਾਲੇ ਨਿਆਣਿਆਂ ਦੀਆਂ 100 ਚੀਜ਼ਾਂ ਲਿਆਉਣੀਆਂ ਪੈਂਦੀਆਂ ਨੇ ਕਦੀ ਕੋਈ ਚੀਜ਼ ਲੈਓ ਤੇ ਕਦੀ ਕੋਈ ਲੈਓ ਤੇ ਹੋਰ ਤੇ ਚਲੋ ਫਿਰ ਚੱਲੀਏ ਜੇ ਵਿਆਹ ਨਾ ਨਾ ਹੁੰਦਾ ਤਾਂ ਆਪਾਂ ਸਿੱਧਾ ਹਸਪਤਾਲ ਹੀ ਚੱਲ ਜਾਣਾ ਹੈ ਨਾ ਆਹੋ ਸਹੀ ਗੱਲ ਰਹਿਣਾ ਹੀ ਉੱਥੇ ਹੀ ਤੇ ਹੋਰ ਚੱਲ ਲੈ ਲੈ ਆਪਣਾ ਸਮਾਨ ਸਮੂਨ ਸਾਰਾ ਹਾਂਜੀ ਮੈਂ ਲੈ ਲਿਆ ਵਾ ਚਲੋ ਫਿਰ ਆ ਜਾਓ ਠੀਕ
ख्याल छेती जाइए तेरे आई चलो मिला ਹੋਰ ਸੁਣਾ ਗੁਰਲੀਨ ਠੀਕ ਠਾਕ ਹੈ ਨਾ ਹਾਂਜੀ ਮੈਂ ਤੇ ਠੀਕ ਠਾਕ ਤੂੰ ਸੁਣਾ ਕਿੱਦਾਂ ਠੀਕ ਹੈ ਤੇ ਕੁੜੀਆਂ ਨਹੀਂ ਆਉਂਦੀਆਂ ਕੁੜੀਆਂ ਨਾ ਸਕੂਲ ਗਈਆਂ ਸੀ ਤੈਨੂੰ ਪਤਾ ਹੀ ਆ ਅੱਗੇ ਵਿਆਹ ਵਿੱਚ ਉਹਨਾਂ ਦੀਆਂ ਕਿੰਨੀਆਂ ਛੁੱਟੀਆਂ ਹੋ ਗਈਆਂ ਸੀ ਉਹ ਤੇ ਸਗੋਂ ਬੜੀਆਂ ਖੁਸ਼ ਸੀ ਆਉਂਦੀਆਂ ਸੀ ਵੀਰ ਵੇਖਣ ਜਾਣਾ ਵਾ ਤੇ ਮੈਂ ਕਿਹਾ ਜਿੱਦਣ ਐਤਵਾਰ ਹੋਊਗਾ ਨਾ ਤੇ ਉਦਣ ਮੈਂ ਤੁਹਾਨੂੰ ਲੈ ਕੇ ਜਾਵਾਂਗੀ ਉਦਣ ਸਾਰਾ ਦਿਨ ਉਹਦੇ ਨਾਲ ਖੇਡਿਓ ਨਾ ਵੀ ਲੈ ਕੇ ਆਈ ਐਤਵਾਰ ਉਹਨਾਂ ਨੂੰ ਜਦੋਂ ਮਰਜ਼ੀ ਆਇਓ ਤੁਹਾਡਾ ਆਪਣਾ ਹੀ ਘਰ ਆ ਗੁਰਲੀਨ ਉਹਨਾਂ ਨੂੰ ਜਿੱਦਣ ਦਾ ਪਤਾ ਲੱਗਾ ਵਾ ਨਾ ਉਹਦੇ ਇੰਨੀਆਂ ਖੁਸ਼ ਆ ਨਾ ਕੋਈ ਹਿਸਾਬ ਹੀ ਨਹੀਂ ਆਉਂਦੀਆਂ ਸੀ ਮੰਮਾ ਹੁਣ ਅਸੀਂ ਉਹ ਵੀ ਇਹਨੂੰ ਰੱਖੜੀ ਬੰਨਿਆ ਕਰਾਂਗੀਆਂ ਉਹ ਸਾਨੂੰ ਬੰਨਣ ਦੇਣਗੇ ਕੋਈ ਗੱਲ ਨਹੀਂ ਬੰਨਣ ਕਿਉਂ ਨਹੀਂ ਦੇਣੇ ਜੇ ਤੇਰੀਆਂ ਧੀਆਂ ਮੇਰੀਆਂ ਨੇ ਤੇ ਮੇਰਾ ਪੁੱਤ ਤੇਰਾ ਏ ਤੇ ਹੋਰ ਮੈਂ ਵੀ ਉਹਨਾਂ ਨੂੰ ਇਹੋ ਗੱਲ ਸਮਝਾਈ ਸੀ ਤੇ ਕੋਈ ਨਹੀਂ ਮੈਂ ਲੈ ਕੇ ਆਵਾਂਗੀ ਉਹਨਾਂ ਨੂੰ ਤੇਰੀ ਜਠਾਣੀ ਦਾ ਆਇਆ ਫੋਨ ਨਵ ਆਉਂਦਾ ਹੀ ਰਹਿੰਦਾ ਉਹਨਾਂ ਦਾ ਫੋਨ ਭਾਜੀ ਤੇ ਕਾਲੇ ਪਏ ਨੇ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਠੀਕ ਆ ਫਿਰ ਇਦਾਂ ਹੀ ਆ ਨਾ ਲੱਗੇ ਹੋਏ ਨਾ ਬੰਦਾ ਤੇ ਝੱਟ ਹੀ ਆ ਜਾਂਦਾ ਵਾ ਪਰਦੇਸਾਂ ਦੇ ਕੰਮ ਹੀ ਇਦਾਂ ਦੇ ਨੇ ਐਡੀ ਦੂਰੋਂ ਬੰਦੇ ਕੋਲੋਂ ਆਇਆ ਵੀ ਨਹੀਂ ਜਾਂਦਾ ਨਵ ਨਾਲੇ ਅਗਮ ਨਾ ਇੰਨਾ ਖੁਸ਼ ਹੁੰਦਾ ਨਾ ਜਦੋਂ ਸਕੂਲ ਆਉਂਦਾ ਨਾ ਆਉਂਦਾ ਫੋਨ ਲਾ ਲੈਂਦਾ ਗੁਰਲੀਨ ਅਗਮ ਦਾ ਨਾ ਤੁਹਾਡੇ ਨਾਲ ਹੈ ਹੀ ਬੜਾ ਸੀ ਜੋ ਇੱਥੇ ਹੁੰਦਾ ਨਾ ਉਹਨੇ ਸਾਰਾ ਦਿਨ ਉਹਨੂੰ ਚੁੱਕੀ ਰੱਖਿਆ ਕਰਨਾ ਸੀ ਤੈਨੂੰ ਹੱਥ ਨਹੀਂ ਹਿਲਾਉਣ ਦਿਆ ਕਰਨਾ ਕੀ ਹੋਇਆ ਵਾ ਅੱਗੋਂ ਫੋਨ ਬਿਜੀ ਕਰੀ ਜਾਣ ਡੇ ਤਾਂ ਫੇਰ ਲਾ ਕੇ ਵੇਲ ਹੋ ਇੱਕ ਵਾਰੀ ਅੱਗੇ ਦੋ ਤਿੰਨ ਵਾਰੀ ਲਾਇਆ ਵਾ ਉਦੋਂ ਵੀ ਉਹਨਾਂ ਬਿਜੀ ਕਰਤਾ ਵਾ ਤੇ ਹੁਣ ਫਿਰ ਕੀ ਕਰਨਾ ਜੇ ਉਹੀ ਤੇ ਮੈਨੂੰ ਨਹੀਂ ਸਮਝ ਲੱਗਣ ਦੀ ਕਿ ਇੰਨੇ ਪੈਸੇ ਮੈਂ ਲਿਆਵਾਂਗਾ ਕਿੱਥੋਂ ਆੜਤੀ ਕੋ ਵੀ ਅੱਗੇ 5-6 ਲੱਖ ਰੁਪਈਆ ਆ ਗਿਆ ਉਹਨੂੰ ਵੀ ਪੁੱਛਿਆ ਆਉਂਦਾ 1-1.5 ਲੱਖ ਹੋਰ ਦੇ ਦਾਂਗਾ ਹੋਰ ਨਹੀਂ ਪੈਸੇ ਭਾਨੇ ਤੇ ਤੁਸੀਂ ਭਾਜੀ ਕੋਲੋਂ ਆਪ ਜਾਓ ਹੋ ਤੁਸੀਂ ਕਿਹੜਾ ਉਹਨਾਂ ਕੋਲੋਂ ਮੰਗ ਕੇ ਲਿਆਉਣੇ ਲਿਆਉਣੇ ਤੇ ਤੁਸੀਂ ਆਪਣੇ ਹੀ ਆ ਲਿਆਉਣੇ ਤੇ ਆਪਣੇ ਆ ਮੈਂ ਉਦੋਂ ਗਿਆ ਤੇ ਸਹੀ ਹਾਂ ਉਹਨਾਂ ਵੀ ਗੱਲਾਂ 'ਚ ਤਿੱਤਰ-ਪਤਾਰੀਆਂ ਕਰ ਗਏ ਤੇਰੇ ਆਹ ਲੈ ਦੇਣ ਵਾਲੇ ਨੇ ਤੇਰੇ ਆਹ ਦੇਣ ਵਾਲੇ ਉਹਨਾਂ ਟਾਈਮ ਪਾਸ ਕਰਕੇ ਤੇ ਮੈਨੂੰ ਤੋੜ ਛੜਿਆ ਉਦਾਂ ਤਾਂ ਤੁਸੀਂ ਬੜੇ ਕਰਦੇ ਹੋ ਮੇਰਾ ਭਾਜੀ ਤੇ ਹੁਣ ਕਿੱਥੇ ਗਏ ਤੁਹਾਡੇ ਭਾਜੀ ਕਮਲ ਹੁਣ ਮੂੰਹ ਨਾਲ ਹੀ ਕਹਿਣਾ ਅਗਲੇ ਦੇ ਗੱਲ ਥੋੜਾ ਪੈ ਜਾਣਾ ਵਾ ਤੇ ਉਦਾਂ ਤੁਹਾਨੂੰ ਪੈਸੇ ਚਾਹੀਦੇ ਕਿੰਨੇ ਆ 4 ਲੱਖ ਰੁਪਈਆ ਤੇ ਚਾਹੀਦਾ ਨਾ 4 ਲੱਖ ਤੇ ਭਾਜੀ ਉਹਨਾਂ ਕੋ ਕਿੰਨੇ ਲੈਣੇ ਆ ਤੁਸੀਂ ਭਾਜੀ ਕੋ ਤੇ 4 ਤੂੰ ਉੱਤੇ ਲੈਣੇ ਆ ਚਲ 4 ਲੱਖ ਹੀ ਦੇ ਦੇਣ ਸਾਡਾ ਸਰ ਜੇ ਇਧਰਲੇ ਬੰਨੇ ਕਮਲ ਜੇ ਤੂੰ ਇੱਕ ਕੰਮ ਕਰੇ ਤੇ ਮੈਂ ਤੈਨੂੰ ਗੱਲ ਕਵਾਂ ਹਾਂਜੀ ਦੱਸੋ ਕਿਹੜੀ ਗੱਲ ਏ ਤੂੰ ਨਾ ਪਿੰਦਰ ਨੂੰ ਫੋਨ ਕਰਕੇ ਕਹਿਆ ਹਾਂ ਵੀ 3 ਲੱਖ ਰੁਪਈਆ ਚਲ ਸਾਨੂੰ ਦੇ ਦੇ ਮੈਂ ਕਿਹੜੇ ਮੂੰਹ ਨਾਲ ਫੋਨ ਕਰਾਂ ਤੁਸੀਂ ਆਪ ਹੀ ਕਰ ਲਓ ਉਹਨਾਂ ਨਾਲ ਗੱਲ ਮੈਂ ਤੇ ਵਾਵਾ ਚਿਰ ਦਾ ਉੱਥੇ ਗਿਆ ਨੀਗਾ ਨਾ ਉਹਨੇ ਕਦੇ ਫੋਨ ਕੀਤਾ ਤੇ ਨਾ ਮੈਂ ਕੀਤਾ ਚਲ ਤੂੰ ਇੱਕ ਵਾਰੀ ਉਹਨੂੰ ਪੁੱਛ ਤੇ ਸਹੀ ਉਹ ਤਾਂ ਬਥੇਰਾ ਫੋਨ ਲੈਂਦੇ ਸੀ ਤੁਸੀਂ ਨਹੀਂ ਚੁੱਕਦੇ ਹੁੰਦੇ ਜੇ ਤੁਸੀਂ ਚੁੱਕ ਵੀ ਲੈਂਦੇ ਹੁੰਦੇ ਨਾ ਤਾਂ ਉਹਨਾਂ ਦੀ ਬੇਇੱਜ਼ਤੀ ਕਿੰਨੀ ਕਰਦੇ ਹੁੰਦੇ ਹੋ ਉਹ ਵਿਚਾਰੇ ਫਿਰ ਹਟ ਹੀ ਗਏ ਤੁਸੀਂ ਇੱਕ ਗੱਲ ਚੇਤੇ ਕਰੋ ਜਦੋਂ ਵੀਰ ਹੁਣੀ ਇੱਥੇ ਘਰੇ ਆਏ ਸੀ ਡੱਬਾ ਦੇਣ ਤੁਸੀਂ ਤਾਂ ਉਹਨਾਂ ਨੂੰ ਗੇਟ ਵੀ ਨਹੀਂ ਵੰਨ ਦਿੱਤਾ ਬਾਹਰੋਂ ਹੀ ਉਹਨਾਂ ਨੂੰ ਕਰਤਾ ਸੀ ਕਿੱਧਰ ਮੂੰਹ ਚੁੱਕਿਆ ਵਾ ਦਫਾ ਹੋ ਜਾ ਮੇਰੇ ਘਰੋਂ ਕੋਈ ਲੋੜ ਨਹੀਂ ਇੱਥੇ ਆਉਂਦੀ ਕਮਲ ਉਹ ਵੇਲੇ ਤੋਂ ਤੇ ਮੈਂ ਵੀ ਪਛਤਾਉਂਦਾ ਵਾਂ ਮੈਂ ਤੇ ਆਪ ਸ਼ਰਮਿੰਦਾ ਵਾਂ ਜੇ ਤੂੰ ਕਹਿੰਦੀ ਹੈ ਤੇ ਮੈਂ ਉਹਨਾਂ ਕੋਲ ਮਾਫ਼ੀ ਮੰਗ ਲੈਂਦਾ ਵਾਂ ਜੇ ਆਪਾਂ ਨਾ 4 ਲੱਖ ਰੁਪਈਆ ਦਿੱਤਾ ਤੇ ਸਾਡਾ ਪਹਿਲਾਂ 5 ਲੱਖ ਵੀ ਜਾਂਦਾ ਰਹਿਣਾ ਹੁਣ ਲੋੜ ਹੈ ਨਾ ਤੁਹਾਨੂੰ ਹੁਣ ਤੁਸੀਂ ਮਾਫ਼ੀ 1 2 3 ਹੁਣ ਤੁਹਾਨੂੰ ਲੋੜ ਹੈ ਨਾ ਹੁਣ ਤੇ ਤੁਸੀਂ ਮਾਫ਼ੀ ਮੰਗਣ ਲਈ ਵੀ ਤਿਆਰ ਹੋ ਜਦੋਂ ਉਹ ਘਰੇ ਆਉਂਦੇ ਹੁੰਦੇ ਸੀ ਤਾਂ ਬੇਇੱਜ਼ਤੀ ਜਾਂ ਤੁਸੀਂ ਉੱਥੇ ਜਾਂਦੇ ਹੁੰਦੇ ਤਾਂ ਵੀ ਤੁਸੀਂ ਬੇਇੱਜ਼ਤੀ ਕਰਦੇ ਹੁੰਦੇ ਲਿਆਓ ਫੋਨ ਨਾਲੇ ਮਾਫ਼ੀ ਮੰਗਣ ਦੀ ਨਹੀਂ ਤੁਹਾਨੂੰ ਕੋਈ ਲੋੜ ਉਹ ਤੁਹਾਡੇ ਵਰਗੇ ਨਹੀਂ ਆ ਤੁਸੀਂ ਅੱਧੀ ਜਵਾਨ ਉਹਨਾਂ ਕੋਲੋਂ ਪੈਸੇ ਮੰਗੋਗੇ ਨਾ ਜੇ ਹੋਏ ਨਾ ਉਹਨਾਂ ਕੋਲੋਂ ਉਹਨਾਂ ਨੇ ਵੇਖੋ ਝੱਟ ਦੇ ਦਿੰਦੇ ਤੁਹਾਨੂੰ ਨਾਮ ਨਹੀਂ ਕਰਨੀ ਹੈਗੀ ਚੱਲ ਕਰ ਸਹੀ ਫੋਨ ਤੂੰ ਦੱਸ ਕਵਲ ਕਿੱਦਾਂ ਠੀਕ ਠਾਕ ਹੈ ਨਾ ਹਾਂ ਦੱਸੋ ਕੀ ਕੰਮ ਅੱਛਾ ਕੋਈ ਗੱਲ ਨਹੀਂ ਤੁਸੀਂ ਆ ਜਾਓ ਜਦੋਂ ਮਰਜ਼ੀ ਤੇ ਹੁਣ ਪਰ ਅਸੀਂ ਨਾ ਆਏ ਹਾਂ ਇੱਥੇ ਲਾਵ ਹੋਣਾ ਕੋਲੋਂ ਲਾਵਲ ਮੁੰਡਾ ਹੋਇਆ ਵਾ ਆਹੋ ਹਾਂ ਚਲੋ ਠੀਕ ਆ ਕੋਈ ਨਹੀਂ ਚਲੋ ਠੀਕ ਹੈ ਵੀਰ ਜੀ ਚੰਗਾ
ਕਵਲ ਕੀ ਆਂਦੇ ਨੇ ਵੀਰ ਕਹਿੰਦੇ ਕਿ ਜਦੋਂ ਮਰਜ਼ੀ ਆਣ ਕੇ ਲੈ ਜਿਓ ਚਲੀਏ ਫਿਰ ਹੁਣ ਇਹਨੇ ਤੇ ਉਹ ਤਾਂ ਘਰੇ ਹੈ ਨਹੀਂਗੇ ਕਿਉਂ ਕਿੱਥੇ ਗਏ ਨੇ ਉਹ ਲਾ ਵੀਰ ਜੀ ਹੁਣਾਂ ਕਰਨਾ ਮੁੰਡਾ ਹੋਇਆ ਵਾ ਤੇ ਉਹਨਾਂ ਘਰੇ ਹੀ ਹੈ ਚੱਲ ਫਿਰ ਆਪਾਂ ਵੀ ਸਗੋਂ ਚੱਲਦੇ ਹਾਂ ਭੱਜ ਨਾਲ ਨਾਲੇ ਵਧਾਈ ਦੇ ਆਵਾਂਗੇ ਤੇ ਨਾਲੇ ਪੈਸੇ ਲੈ ਆਵਾਂਗੇ ਚਲੋ ਫਿਰ ਚੱਲੀਏ ਨਾ ਵਾ ਕਵਲ ਕਰਨ ਵਧੀ ਆਈ ਏ ਆਂਟੀ ਜੀ ਨੂੰ ਵਾਵਾ ਟਾਈਮ ਹੋ ਗਿਆ ਆਈ ਨੂੰ ਇਦਾਂ ਹੀ ਧੀਏ ਘਰਾਂ 'ਚ ਟਾਈਮ ਨਹੀਂ ਲੱਗਦਾ ਤੇ ਉਦੋਂ ਲਾਭ ਸੋ ਡੱਬਾ ਦੇਣ ਗਿਆ ਸੀ ਤੇ ਘਰ ਹੀ ਹੈ ਨਹੀਂ ਸਾਨੂੰ ਭਾਬੀ ਜੀ ਮੈਂ ਤਾਂ ਦੋ ਤਿੰਨਾਂ ਦੀ ਫੋਨ ਵੀ ਲਾਇਆ ਸੀ ਪਰ ਉਦੋਂ ਉਹਨਾਂ ਦਾ ਫੋਨ ਨਹੀਂ ਲੱਗਣ ਡਿਆ ਮੰਮੀ ਵੇਨੇ ਕਿਦਾਂ ਚੱਲਦੇ ਆ ਨਾਲ ਪਿੰਦਰ ਨੂੰ ਲੈ ਕੇ ਨਾ ਤੇ ਉਹਨਾਂ ਨੂੰ ਡੱਬਾ ਦੇ ਆਵਾਂਗੇ ਆਹੋ ਚੱਲ ਚੱਲ ਜੀ ਤੇ ਤੁਸੀਂ ਕਰੋ ਗੱਲਾਂ ਬਾਤਾਂ ਤਾਂ ਮੈਂ ਚਾਹ ਬਣਾ ਕੇ ਲਿਆਉਂ ਪਿੰਦਰ ਕੋਈ ਘਰ ਘੁਰ ਬਾਰੇ ਨਹੀਂ ਸੋਚਿਆ ਹੈਗਾ ਹੁਣ ਕਿਹੜਾ ਟਾਈਮ ਲੱਗਦਾ ਮਹੀਨਾ ਲੰਘਦਿਆ ਪੁੱਤ ਨਹੀਂ ਆਂਟੀ ਗੱਲ ਤੇ ਤੁਹਾਡੀ ਸਹੀ ਏ ਡਏ ਆ ਸੋਚਣ ਹੁਣ ਮੈਂ ਸਿਆਲ ਲੰਘਦਾ ਨਾ ਤੇ ਫਿਰ ਗਰਮੀਆਂ 'ਚ ਜਾ ਕੇ ਵੇਹਨੇ ਆ ਤੁਹਾਨੂੰ ਪਤਾ ਪਹਿਲਾਂ ਨਾ ਪੈਲੀ ਛਡਾਉਣ ਵਾਲੀ ਸੀ ਉਹ ਛਡਾਈ ਵਾਹ ਪੈਸੇ ਉੱਧਰ ਦਿੱਤੇ ਆਹੋ ਚੱਲ ਉਹ ਵੀ ਪੁੱਤ ਪਹਿਲਾਂ ਕੰਮ ਉਹ ਵੱਡਾ ਕਰਨਾ ਚਾਹੀਦਾ ਹਾਂਜੀ ਮੈਂ ਚਲੋ ਉਹ ਜ਼ਰੂਰੀ ਹੈ ਕੰਮ ਕਿਉਂਕਿ ਜਾਇਦਾਦ ਆ ਉਹ ਪਹਿਲਾਂ ਛਡਾਉਣੀ ਚਾਹੀਦੀ ਬਿਲਕੁਲ ਬਿਲਕੁਲ ਘਰ ਦੀ ਕਿਹੜੀ ਗੱਲ ਹੈ ਸਿਆਣੇ ਆਉਂਦੇ ਨੇ ਬਾਹਰ ਹੋਏ ਤੇ ਘਰ ਦੇ ਆ ਵਿੱਚ ਝਾਟੀ ਬਣ ਜਾਂਦਾ ਹਾਂਜੀ ਤੇ ਚਲੋ ਗਰਮੀਆਂ 'ਚ ਨਾ ਇੱਦਾਂ ਵੀ ਹੌਲੀ ਹੌਲੀ ਕੰਮ ਕਰਨੇ ਆ ਇੱਟ ਉੱਟ ਸਟਾਉਣੇ ਆ ਫਿਰ ਪੈਸਿਆਂ ਦਾ ਹਿਸਾਬ ਕਿਤਾਬ ਲਾਵਾਂਗੇ ਖੜੇ ਕਰ ਲਾਂਗੇ ਮੁੜ ਕੇ ਹੌਲੀ ਹੌਲੀ ਪਲਸਤਰ ਕਰਾ ਲਾਂਗੇ ਪਿੰਦਰ ਤੂੰ ਕੰਮ ਸ਼ੁਰੂ ਕਰ ਇਹਨਾਂ ਗੱਲਾਂ ਸੋਚਾਂ 'ਚ ਨਾ ਪੈ ਆਪੇ ਗੁਰੂ ਰਾਮਦਾਸ ਕਰਨ ਕਰਾਉਣ ਵਾਲਾ ਤੂੰ ਰੱਬ ਦਾ ਨਾਂ ਲੱਗ ਤੇ ਸ਼ੁਰੂ ਕਰ ਜਿੱਦਾਂ ਕਹੇਗਾ ਉਦਾਂ ਦੀ ਤੇਰਾ ਸਪੋਰਟ ਆ ਜਾਣਾ ਨਹੀਂ ਨਹੀਂ ਕੋਈ ਗੱਲ ਆਪੋ ਜੀ ਕਰਦੇ ਰਹਾਂਗੇ ਮੁੜ ਕੇ ਜਿੱਦਾਂ ਵੀ ਆ ਨਹੀਂ ਕੋਈ ਗੱਲ ਨਹੀਂ ਮੈਂ ਉਹ ਵੇਖਣ ਡਿਆ ਮੈਂ ਸਿਆਲ ਲੰਘ ਜਾਣਾ ਥੋੜਾ ਜਿਹਾ ਹਾਂਜੀ ਇੱਕ ਜੇ ਦੇਣ ਵੀ ਹੋਣਾ ਨਿਗੇ ਨਿਗੇ ਨੇ ਆਹ ਇਹ ਤਾਂ ਗੱਲ ਹੈ ਫਰਕ ਪੈਂਦਾ ਤੇ ਚੱਲ ਸਿਆਲ ਲੰਘ ਜਾਏਗਾ ਨਾਲੇ ਕੁੜੀਆਂ ਦੀ ਵੀ ਪੜ੍ਹਾਈ ਤੈਨੂੰ ਪਤਾ ਉਧਰ ਵੀ ਬੜਾ ਖਰਚਾ ਹੁੰਦਾ ਬੜਾ ਬੱਚੇ ਵੀ ਅੱਜ ਕੱਲ੍ਹ ਪੜ੍ਹਾਉਣੇ ਨਾ ਦੂਜਾ ਰੱਬ ਧਿਆਉਣ ਵਾਲੇ ਕੰਮ ਆ ਤੇ ਹੋਰ ਹੁਣ ਵੱਡੀ ਕੁੜੀ ਹੈ ਤੈਨੂੰ ਪਤਾ ਉਹਦੀ ਕਲਾਸ ਵੀ ਵੱਡੀ ਹੈ ਹਾਂ ਤੇ ਨਾਲ ਟਿਊਸ਼ਨਾਂ ਦੂਜਾ ਤੀਜਾ ਮੈਂ ਨਾ ਚਲੋ ਜੇ ਹੁਣ ਵਾਹਿਗੁਰੂ ਨੇ ਸੁਣੀ ਹੈ ਤੇ ਨਿਆਣੇ ਵੀ ਚੰਗੀ ਤਰ੍ਹਾਂ ਪੜ੍ਹ ਜਾਣ ਤੇਰੀ ਸੋਚ ਤੇ ਬਿਲਕੁਲ ਸਹੀ ਆ ਪਰ ਅੱਜ ਕੱਲ੍ਹ ਜਿਹੜਾ ਕੰਮ ਹੋ ਜਾਏ ਨਾ ਉਹੀ ਚੰਗਾ ਦਿਨੋਂ ਦਿਨ ਮਹਿੰਗਾਈ ਹੁੰਦੀ ਜਾਣ ਡਈ ਹੈ ਉਹ ਨਹੀਂ ਮਹਿੰਗਾਈ ਤੇ ਵੱਧ ਹੀ ਜਾਣ ਡਈ ਹੈ ਤੇ ਘਰ ਬਾਹਰ ਬਣਿਆ ਹੋਵੇ ਨਾ ਤੇ ਬਾਕੀ ਕੰਮ ਵੀ ਚਲੋ ਚੱਲਦੇ ਹੀ ਰਹਿੰਦੇ ਆ ਨਹੀਂ ਸਹੀ ਗੱਲ ਤੇਰੀ ਹੁਣ ਅਜੇ ਨਾ ਇੱਕ ਰੇਤ ਬਜਰੀ ਬੜੀ ਮਹਿੰਗੀ ਆ ਹਾਂ ਇਹ ਤਾਂ ਗੱਲ ਹੈ ਮੈਂ ਇੱਕ ਦੋ ਥਾਵਾਂ ਤੋਂ ਪਤਾ ਕੀਤਾ ਸੀ ਹਾਂ ਮੇਰਾ ਰਾਦਾ ਚੱਲ ਸਟਾਰਟ ਨਾ ਇੱਕ ਦੋ ਚੀਜ਼ਾਂ ਪਰ ਉਹ ਵੀ ਅਜੇ ਨਾ ਬੜੀ ਮਹਿੰਗੀ ਚੱਲਣ ਡਿਆ ਇਹਨਾਂ ਚੀਜ਼ਾਂ ਨੂੰ ਵੀ ਅੱਗ ਹੀ ਲੱਗੀ ਹੈ ਲੋਕ ਜਾਂਦੇ ਵੀ ਥੱਲੇ ਉਹਨਾਂ ਥੱਲੇ ਨਹੀਂ ਮੈਨੂੰ ਲੱਗਦਾ ਨਾ ਨਾ ਇਹ ਤਾਂ ਦਿਨੋ ਦਿਨ 2-4 ਰੁਪਈਆ ਕਿ 2-4 ਹਜ਼ਾਰ ਰੁਪਈਆ ਮਹੀਨੇ ਬਾਅਦ ਵਧਣ ਡੀਆਂ ਚੀਜ਼ਾਂ ਸਹੀ ਗੱਲ ਹੈ ਤੇਰੀ ਨਾਲੇ ਪਿੰਦਰ ਨਾ ਵਡਾਈ ਪੁੱਤ ਕੱਪੜੇ ਵਿਖਾ ਲੈਣ ਤੇ ਇੰਨਾ ਖਰਚਾ ਕਰਨ ਦੀ ਕੀ ਲੋੜ ਸੀ ਆਂਟੀ ਜੀ ਕਿਉਂ ਕੀ ਗੱਲ ਹੋ ਗਈ ਖਰਚਾ ਕਿਉਂ ਨਹੀਂ ਕਰਨਾ ਅਸੀਂ ਤਾਂ ਸ਼ੋਰ ਕੀਤਾ ਵੀ ਵਾਹਿਗੁਰੂ ਨੇ ਸਾਡੇ ਭਰਾ ਦੀ ਸੁਣੀ ਹੈ ਇਹ ਤਾਂ ਗੱਲ ਪੁੱਤ ਠੀਕ ਹੈ ਭਰਾਵਾਂ ਨਾਲ ਭਰਾ ਰਲੇ ਨੇ ਤੇ ਹੋਰ ਕਵਲ ਗੱਡੀ ਇੱਥੇ ਰਹਿੰਦੀ ਨੇ ਹਾਂਜੀ ਠੀਕ ਹੈ ਇੱਥੇ ਸਸੀਆ ਬਾਈ ਸਸੀਕਾਲ ਵਧਾਈਆਂ ਜਾਣ ਬਹੁਤੀਆਂ ਮੋਦੀ ਹਾਂ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਕਰਨ ਡੇ ਨੇ ਕਬਲ ਤੁਸੀਂ ਇੱਥੇ ਕਿੱਦਾਂ ਇਹ ਨਾ ਵੀਰ ਨੂੰ ਫੋਨ ਕੀਤਾ ਸੀ ਵੀਰ ਨਾਲ ਕੋਈ ਕੰਮ ਸੀ ਤੇ ਵੀਰ ਦੱਸਣ ਦੇ ਕਿਸੇ ਨਾਲ ਵੀਰ ਜੀ ਘਰੇ ਆ ਤੇ ਮੈਂ ਲਖਵਿੰਦਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਚੱਲ ਅਸੀਂ ਵੀ ਸਿੱਧੇ ਉਹਨਾਂ ਘਰੇ ਹੀ ਜਾਂਦੇ ਹਾਂ ਤੇ ਨਾਲੇ ਵਧਾਈ ਦੇ ਦਾਂਗੇ ਉਹਨਾਂ ਨੂੰ ਤੇ ਕਮਲ ਭਾਜੀ ਇੱਥੇ ਉਹਨੂੰ ਮੰਨ ਗਏ ਹਾਂਜੀ ਉਹਨਾਂ ਨੇ ਆਪ ਹੀ ਕਿਹਾ ਸੀ ਵੀ ਚਲੋ ਚੱਲੀਏ ਅਸੀਂ ਉੱਥੇ ਕਿਉਂ ਕੋਈ ਗੱਲਬਾਤ ਹੋਈ ਆ ਅੱਗੇ ਤੇ ਇਹਨਾਂ ਨੂੰ ਕਵਾ ਕੇ ਨਹੀਂ ਖੁਸ਼ ਹੈਗੇ ਤੇ ਅੱਜ ਇੱਥੋਂ ਤੱਕ ਆ ਗਏ ਨੇ ਮੈਂ ਨਾ ਤੁਹਾਨੂੰ ਸਾਰੀ ਗੱਲ ਦੱਸਣੀ ਆ ਮੈਂ ਨਾ ਭਾਜੀ ਨੂੰ ਫੋਨ ਕਰਕੇ ਦੱਸਿਆ ਹੈ ਵੀ ਇਹਨਾਂ ਨੂੰ ਨਾ ਸਬਕ ਸਿਖਾਉਣਾ ਵਾ ਤੇ ਉਹਨਾਂ ਨੇ ਮੇਰਾ ਸਾਥ ਦਿੱਤਾ ਸੀ ਇਹ ਤਾਂ ਕਰਕੇ ਹੁਣ ਮੰਨੇ ਆ ਇਹਨਾਂ ਨੇ ਨਾ ਪਲਾਟ ਲਿਆ 10 ਲੱਖ ਦਾ ਤੇ 6 ਲੱਖ ਦੇਤਾ ਸੀ ਤੇ 4 ਲੱਖ ਨਾ ਤੁਰਦਾ ਸੀ ਇਹਨਾਂ ਨੇ ਭਾਜੀ ਹੁਣਾਂ ਕੋਲੋਂ ਨਾ 4 ਲੱਖ ਲੈਣਾ ਸੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਜੀ ਤੁਸੀਂ ਨਾ ਦਿਓ ਨਾ ਇਹਨਾਂ ਨੂੰ ਪੈਸੇ ਤੇ ਉਹਨਾਂ ਨੇ ਨਹੀਂ ਦਿੱਤੇ ਹੈਗੇ ਇਹਨਾਂ ਨੂੰ ਫਿਰ ਤੁਹਾਡਾ ਚੇਤਾ ਆ ਗਿਆ ਮੈਨੂੰ ਕਹਿੰਦੇ ਵੀ ਕਵਲ ਪਿੰਡ ਆਪਣੇ ਫੋਨ ਕਰ ਹਾਂ ਮੈਨੂੰ ਨਾ ਪੈਸੇ ਦੇ ਦੇਣ ਥੋੜੇ ਬਹੁਤੇ ਤੇ ਫਿਰ ਮੈਂ ਉਦਾਂ ਬੇਇੱਜ਼ਤੀ ਤੇ ਬੜੀ ਕੀਤੀ ਇਹਨਾਂ ਦੀ ਫਿਰ ਮੈਂ ਆਖਿਆ ਅੱਜ ਲੋੜ ਆ ਨਾ ਤੁਹਾਨੂੰ ਤੇ ਆ ਗਿਆ ਚੇਤਾ ਉਹਨਾਂ ਦਾ ਹੁਣ ਤੇ ਭਾਵੀ ਤੁਹਾਡੇ ਕੋਲੋਂ ਨਾ ਮਾਫੀ ਮੰਗਣ ਲਈ ਵੀ ਤਿਆਰ ਨੇ ਨਾ ਨਾ ਕਵਲ ਮਾਫੀ ਕਿਹੜੀ ਗੱਲੋਂ ਮੰਗਣੀ ਆ ਅਸੀਂ ਤੇ ਇੰਨੇ ਬੜੇ ਖੁਸ਼ ਹਾਂ ਕਿ ਤੁਸੀਂ ਸਾਡੇ ਕੋਲ ਆ ਗਏ ਜੇ